ਸਿਵਲ ਹਸਪਤਾਲ ਫਿਲੌਰ ਚ ਡੇਂਗੂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। SMO ਜਤਿੰਦਰ ਸਿੰਘ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਦੀ ਟੀਮ ਨੇ ਘਰ ਘਰ ਜਾ ਕੇ ਲੋਕਾਂ ਨੂੰ ਇਸ ਤੋਂ ਬਚਣ ਦੇ ਸੁਝਾਅ ਦਿੱਤੇ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਇਸ ਤੋਂ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਲੋਕਾਂ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਕਿ ਹਰ ਬੁਖਾਰ ਡੇਂਗੂ ਨਹੀਂ ਹੁੰਦਾ। ਫਿਲੌਰ ਤੋਂ ਪ੍ਰਪਾਲ ਦੀ ਰਿਪੋਰਟ। ਅਸੀਂ ਚਾਰ ਚਾਰ ਮੈਂਬਰ ਦੀਆਂ 10 ਟੀਮਾਂ ਬਣਾਈਆਂ ਹੈਗੀਆਂ। ਅਸੀਂ ਜਿਹੜਾ ਸ਼ਹਿਰ ਫਿਲੌਰ ਹੈਗਾ ਉਹਦੇ ਵਿੱਚ ਆਮ ਪਬਲਿਕ ਨੂੰ ਇਹ ਜਾਗਰੂਕ ਕਰਨਾ ਕਿ ਜਿਹੜਾ ਡੇਂਗੂ ਦੀ ਬਿਮਾਰੀ ਹੈ ਉਹ ਮੱਛਰਾਂ ਨਾਲ ਫੈਲਦੀ ਹੈਗੀ ਆ। ਜਿਹੜਾ ਮੱਛਰ ਹੈ ਏਡੀਜ਼ ਅਜਿਪਟਾਈ ਮੱਛਰ ਹੈ, ਫੀਮੇਲ ਏਡੀਜ਼ ਅਜਿਪਟਾਈ, ਜਿਹੜਾ ਕਿ ਦਿਨ ਵੇਲੇ ਹੀ ਆਮ ਪਬਲਿਕ ਨੂੰ ਕੱਟਦਾ ਵਾ ਸਾਰਿਆਂ ਨੂੰ, ਮਨੁੱਖਾਂ ਨੂੰ, ਅਤੇ ਉਹਦੇ ਵਿੱਚ ਉਹਨੇ ਹੀ ਮੱਛਰ ਨੂੰ ਕੈਰੀ ਕਰਨਾ ਹੁੰਦਾ ਔਰ ਉਹ ਸਾਫ਼ ਪਾਣੀ ਜਿੱਥੇ ਖੜ੍ਹਾ ਹੋਵੇ, ਦੋ ਹਫ਼ਤੇ ਪਾਣੀ ਖੜ੍ਹਾ ਰਹਿੰਦਾ ਹੈਗਾ, ਉਹਦੇ 'ਤੇ ਅੰਡੇ ਆਪਣੇ ਦੇ ਦਿੰਦਾ। ਇੱਕ ਜਿਹੜਾ ਫੀਮੇਲ ਏਡੀਜ਼ ਅਜਿਪਟਾਈ ਮੱਛਰ ਆ ਉਹਦਾ 3 ਕੁ ਹਫ਼ਤਿਆਂ ਦਾ ਲਾਈਫ ਸਪੈਨ ਆ, 3 ਕੁ ਹਫ਼ਤੇ ਉਹ ਜਿਉਂਦਾ ਰਹਿੰਦਾ ਅਤੇ 3 ਹਫ਼ਤਿਆਂ ਦੇ ਵਿੱਚ 3 ਵਾਰੀ ਉਹ ਅੰਡੇ ਲੇ ਡਾਊਨ ਕਰਦੇ ਆ, 1 ਵਾਰੀ 1000 ਅੰਡਾ ਲੇ ਡਾਊਨ ਕਰ ਦਿੰਦਾ। ਅਸੀਂ ਡੇਂਗੂ ਦੀ ਬਿਮਾਰੀ ਨੂੰ ਰੋਕਣ ਵਾਸਤੇ ਪਬਲਿਕ ਨੂੰ ਅਵੇਅਰ ਕਰਨਾ ਕਿ ਪਾਣੀ ਨਹੀਂ ਕਿਤੇ ਖੜ੍ਹਾ ਹੋਣ ਦੇਣਾ ਹੈਗਾ। ਜਿਹੜਾ ਪਾਣੀ ਜੇ ਖੜ੍ਹਾ ਆ ਤਾਂ ਉਹਨੂੰ ਰੋਜ਼ ਡੋਲਦੇ ਜਾਓ, ਰੋਜ਼ ਫਰੈਸ਼ ਪਾਣੀ ਉਹਦੇ 'ਚ ਪਾ ਦਿਓ। ਅਤੇ ਸਪਰੇਅ ਜਿਹੜੀ ਹੈਗੀ ਆ ਉਹ ਕਰਵਾਈ ਜਾ ਰਹੀ ਆ, ਫੋਗਿੰਗ ਕਰਵਾਈ ਜਾ ਰਹੀ। ਸਾਡੇ ਜਿਹੜੇ ਇਹ ਮੁਲਾਜ਼ਮ ਆ ਇਹਨਾਂ ਦਾ ਮੇਨ ਮੋਟਿਵ ਇਹ ਆ ਕਿ ਇਸ ਵੇਲੇ ਜਿਹੜਾ ਟੈਂਪਰੇਚਰ ਹੈ ਉਹ ਉਸ ਮੱਛਰ ਦੇ ਪਣਪਣ ਲਈ ਬੜਾ ਅਨੁਕੂਲ ਚੱਲ ਰਿਹਾ ਹੈਗਾ ਕਿ 30 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੁੰਦਾ ਉਹਦੇ 'ਚੋਂ ਬਹੁਤ ਵਾਧਾ ਫੁੱਲਦਾ, ਜਦੋਂ ਠੰਡ ਹੋ ਜਾਣੀ ਹੈਗੀ ਆ ਆਪਣੇ ਆਪ ਉਹ ਮੱਛਰ ਕੰਟਰੋਲ ਹੋ ਜਾਣਾ। ਇਸ ਸਮੇਂ ਜਿਹੜਾ ਹੈਗਾ ਕਿ ਵਾਇਰਲ ਇਨਫੈਕਸ਼ਨ ਨਾਲ ਵੀ ਬੁਖਾਰ ਹੋ ਰਿਹਾ, ਪਰ ਜਦੋਂ ਤੱਕ ਉਹਦਾ ਮੈਕਲਾਈਜ਼ਾ ਪੋਜ਼ਿਟਿਵ ਨਹੀਂ ਆ ਜਾਂਦਾ ਅਸੀਂ ਉਹਨੂੰ ਡੇਂਗੂ ਨਹੀਂ ਕਹਿ ਸਕਦੇ ਹੁੰਦੇ। NS1 ਜਿਹੜਾ ਕਾਰਡ ਟੈਸਟ ਹੈਗਾ ਉਹ ਡੇਂਗੂ ਵਾਸਤੇ ਪੋਜ਼ਿਟਿਵ, ਜੇ ਡੇਂਗੂ ਹੋ ਵੀ ਜਾਂਦਾ ਉਹਦੇ ਸੰਬੰਧੀ ਵੀ ਇਹ ਸਾਡੇ ਮੁਲਾਜ਼ਮ ਅਵੇਅਰ ਕਰਨਗੇ ਕਿ ਤੁਰੰਤ ਮੈਡੀਕਲ ਫੈਸਿਲਿਟੀ ਨੂੰ, ਸਿਵਲ ਹੋਸਪਿਟਲ ਨੂੰ ਉਹ ਕੰਸਲਟ ਕਰਨ, ਡਾਕਟਰ ਨੂੰ ਕੰਸਲਟ ਕਰਨ। ਸਾਡੇ ਹੋਸਪਿਟਲ ਦੇ ਵਿੱਚ ਜਿਹੜੇ ਸੈੱਲ ਘੱਟ ਜਾਂਦੇ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਅਸੀਂ ਮਸ਼ੀਨ ਜਿਹੜੀ ਲੱਗੀ ਹੋਈ ਆ ਉਹ ਫਰੀ ਟੈਸਟ ਕਰਦੀ ਆ, ਔਰ ਜਦੋਂ ਵੀ ਮਰੀਜ਼ ਸਾਡੇ ਕੋਲ ਆ ਜਾਂਦਾ ਉਹ ਸਾਡੇ ਕੋਲ ਅਵੇਲੇਬਲ ਹੈ, ਅਸੀਂ ਉਹਨਾਂ ਦਾ ਟੈਸਟ ਕਰਦੇ ਹੈਗੇ। ਬਲਾਕ ਬੰਗਾ ਅਧੀਨ ਪੈਂਦੇ ਪਿੰਡ ਕੰਗਰੌੜ ਦੇ ਸ਼ਹੀਦ ਊਧਮ ਸਿੰਘ ਸਕੂਲ ਦੇ ਬੱਚਿਆਂ ਦੇ